ਖਬਰ ਸ੍ਰੀ ਅਨੰਦਪੁਰ ਸਾਹਿਬ ਤੋਂ ਜਿੱਥੇ ਕੇਂਦਰੀ ਮੰਤਰੀ ਜੇ ਪੀ ਨੱਡਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਗੁਰਦੁਆਰੇ 'ਚ ਮੱਥਾ ਟੇਕਿਆ। ਇਸ ਦੌਰਾਨ ਕੇਂਦਰੀ ਮੰਤਰੀ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਕਾਰ 'ਤੇ ਜਮ ਕੇ ਨਿਸ਼ਾਨੇ ਸਾਧੇ ਗਏ। ਨਵੇਂ ਸਾਲ ਮੌਕੇ ਜਿੱਥੇ 2019 ਦੀਆਂ ਲੋਕ ਸਭਾ ਚੋਣਾਂ ਨੇ ਦਸਤਕ ਦੇ ਦਿੱਤੀ ਹੈ, ਤਾਂ ਉੱਥੇ ਹੀ ਵੱਖ ਵੱਖ ਪਾਰਟੀਆਂ ਵੱਲੋਂ ਆਪਣੀਆਂ ਤਿਆਰੀਆਂ ਖਿੱਚ ਲਈਆਂ ਗਈਆਂ ਨੇ। 2019 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਆਮ ਲੋਕਾਂ ਦੀ ਫਿਕਰ ਹੋਣ ਲੱਗ ਪਈ ਹੈ ਅਤੇ ਰਾਜਨੀਤਿਕ ਲੋਕਾਂ ਵੱਲੋਂ ਆਮ ਲੋਕਾਂ ਤੱਕ ਪਹੁੰਚ ਵੀ ਕੀਤੀ ਜਾ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਸ਼੍ਰੀ ਅਨੰਦਪੁਰ ਸਾਹਿਬ 'ਚ ਉਦੋਂ ਵੇਖਣ ਨੂੰ ਮਿਲੀ ਜਦੋਂ ਕੇਂਦਰੀ ਮੰਤਰੀ ਜੇ ਪੀ ਨੱਡਾ ਨੇ ਚੋਣਾਂ ਦੇ ਮੱਦੇਨਜ਼ਰ ਕਾਂਗਰਸ 'ਤੇ ਜਮ ਕੇ ਨਿਸ਼ਾਨੇ ਸਾਧੇ। ਇਸ ਦੇ ਨਾਲ ਹੀ ਇਸ ਦੌਰਾਨ ਨੱਡਾ ਨੇ ਭਾਜਪਾ ਸਰਕਾਰ ਨੂੰ ਲੋਕਾਂ ਦੀ ਸਰਕਾਰ ਦੱਸਿਆ। ਉੱਥੇ ਕੇਂਦਰ ਵੱਲੋਂ 10% ਰਾਖਵਾਂਕਰਨ ਦੇ ਫੈਸਲੇ ਨੂੰ ਵੀ ਨੱਡਾ ਨੇ ਇਤਿਹਾਸਿਕ ਫੈਸਲਾ ਦੱਸਿਆ। ਦੂਜੇ ਪਾਸੇ ਇਸ ਦੌਰਾਨ 1984 ਸਿੱਖ ਕਤਲੇਆਮ 'ਤੇ ਬੋਲਦੇ ਨੱਡਾ ਨੇ ਇਸ ਕਤਲੇਆਮ ਲਈ ਕਾਂਗਰਸ ਵਰਗ ਨੱਡਾ ਨੇ ਇਸ ਕਤਲੇਆਮ ਲਈ ਕਾਂਗਰਸ ਨੂੰ ਜ਼ਿੰਮੇਵਾਰ ਦੱਸਿਆ। ਜਹਾਂ ਤੱਕ ਸਵਾਲ ਹੈ 1984 ਕੇ ਰਾਇਟਸ ਕਾ, ਇਹ ਮੋਦੀ ਜੀ ਕੀ ਸਰਕਾਰ ਹੈ ਜਿਤਨੇ ਇਤਨੇ ਵਰਸ਼ੋਂ ਕੇ ਬਾਅਦ ਜੋ ਲੋਕ ਇਸਮੇ ਦੋਸ਼ੀ ਥੇ ਉਨਕੋ ਸਜ਼ਾ ਦਿਲਾਈ ਹੈ ਔਰ ਕੁਛ ਲੋਕੋਂ ਕੋ ਸਜ਼ਾ ਕੇ ਨਜ਼ਦੀਕ ਹੈ, ਤੋ ਹਮ ਤੋ ਯਹੀ ਕਹੇਂਗੇ ਕਿ ਨਿਸ਼ਚਿਤ ਰੂਪ ਸੇ ਇੱਕ ਬਹੁਤ ਬੜਾ ਕਾਮ ਜਿਸਕੇ ਲਈ ਰਾਜਨੀਤਿਕ ਇੱਛਾ ਸ਼ਕਤੀ ਚਾਹੀਏ ਥੀ ਵਹ ਮੋਦੀ ਜੀ ਨੇ ਦਿਖਾਈ ਹੈ। 2019 ਦੀਆਂ ਆਮ ਚੋਣਾਂ ਨੂੰ ਲੈ ਕੇ ਜਿੱਥੇ ਸਿਆਸਤ ਲਗਾਤਾਰ ਭਖੀ ਹੈ, ਤਾਂ ਉੱਥੇ ਵਿਰੋਧੀ ਇੱਕ ਦੂਜੇ 'ਤੇ ਨਿਸ਼ਾਨੇ ਸਾਧਨ 'ਚ ਕੋਈ ਕਸਰ ਨਹੀਂ ਛੱਡ ਰਹੇ। ਸ਼੍ਰੀ ਅਨੰਦਪੁਰ ਸਾਹਿਬ ਤੋਂ ਅਮਨ ਭਾਮਰਾ ਦੀ ਰਿਪੋਰਟ, ਲਿਵਿੰਗ ਇੰਡੀਆ ਨਿਊਜ਼, ਪੰਜਾਬ।